ਵੱਡੇ ਵੱਡੇ ਤਪਸਵੀ ਜਿਹੜੇ ਹੈ ਕਾਮ, ਉਹਨਾਂ ਦੀ ਵੀ ਬੁਰੀ ਹਾਲਤ। ਇਸ ਵਾਸਤੇ ਕਦੇ ਮਾਣ ਨਹੀਂ ਕਰਨਾ ਚਾਹੀਦਾ, ਬਚਣਾ ਚਾਹੀਦਾ ਹੈ। ਸੋ ਜਦ ਤੱਕ ਦੀ ਨਿਸ਼ਾਨੀ ਕਸ਼ਹਿਰਾ ਪੈਰ ਕੇ ਹਰ ਮੌਕੇ ਤੇ ਨਰਮ ਸੁਭਾਅ, ਸੀਰ ਸੁਭਾਅ, ਨਿਰਵਿਕਾਰ ਜੀਵਨ ਬਣਾਈਏ। ਨਹੀਂ ਤਾਂ ਤਿੰਨਾਂ ਲੋਕਾਂ ਵਿੱਚ ਇਹਦੀ ਪਹੁੰਚ ਹੈ। ਵੱਡੇ ਵੱਡੇ ਜਪੀਆਂ ਦੇ ਜਪ, ਤਪੀਆਂ ਦੇ ਤਪ, ਵੱਡੇ ਵੱਡੇ ਜਿਹੜੇ ਸੀਲ ਸੁਭਾਅ ਵਾਲੇ ਕਹਾਉਂਦੇ ਸਨ, ਉਹਨਾਂ ਦੇ ਸਭ ਸੁਭਾਅ ਤੋਂ ਕੱਟ ਦਿੱਤੇ। ਸੁਖ ਅਵਿਤ ਚੰਚਲ, ਫਿਰ ਤੇਰਾ ਸੁਖ ਅਲਪ ਹੈ, ਥੋੜਾ ਜਿਹਾ ਹੀ ਸੁਖ ਹੈ ਤੇਰਾ। ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਦੁੱਖ ਪਾਵੈ, ਕਰੀ ਮੋਹ ਤਰੰਗ ਮਾਣੈ ਫਿਰ ਬਹੁਰ ਬਹੁਰ ਪਛਤਾਵੈ। ਤੇਰਾ ਸੁਖ ਉਹਨਾਂ ਚਿਰ ਹੈ ਜਦੋਂ ਤੱਕ ਚਮੜੀ ਤੇ ਚਮੜੀ ਦਾ ਸੰਬੰਧ ਹੈ। ਜਦੋਂ ਚਮੜੀ ਨਾਲ ਚਮੜੀ ਦਾ ਸੰਬੰਧ ਨਹੀਂ, ਤਦੋਂ ਤੇਰਾ ਸੁਖ ਨਹੀਂ। ਇਸ ਵਾਸਤੇ ਬਹੁਤ ਹੀ ਤੁੱਛ ਜਿਹਾ ਸੁਖ ਹੈ, ਤੇ ਫਿਰ ਤੂੰ ਜਿਸ ਘਰ ਜਾ ਵੜਦਾ ਅਵਿੱਤ, ਉਹਦਾ ਧਨ ਵੀ ਬਰਬਾਦ ਕਰਦਾ। ਉਹ ਫਿਰ ਐਸ਼ੋ ਇਸ਼ ਵਿੱਚ ਪੈ ਕੇ ਸਾਰਾ ਧਨ ਬਰਬਾਦ। ਸੋ ਪਰਾਏ ਘਰਾਂ ਵਿੱਚ ਜਾਣ ਵਾਲੇ ਆਪਣਾ ਧਨ ਨਾਲ ਬਰਬਾਦ ਕਰਦੇ ਨੇ। ਅਵਿੱਤ ਤੇ ਚੰਚਲ, ਮਨ ਨੂੰ ਚੰਚਲ ਕਰ ਦੇਣ ਵਾਲਾ ਹੈ। ਮਨ ਦਾ ਉੱਥੇ ਟਿਕਾ ਕਿੱਥੇ ਜਿੱਥੇ ਵਿਕਾਰ ਨੇ। ਸੋ ਇਸ ਵਾਸਤੇ ਤੂੰ ਧਨ ਤੋਂ ਹੀ ਨੇ, ਗਰੀਬ ਗਰੀਬੀ ਉਸ ਘਰ ਵਿੱਚ ਲਿਆ ਦਿੰਦਾ ਹੈ, ਚੰਚਲਤਾ ਹੀ ਪੈਦਾ ਕਰਦਾ। ਤੇਰਾ ਸੁਖ ਬੜਾ ਥੋੜਾ ਜਿਹਾ ਹੈ। ਇੱਕ ਹੋਰ ਗੱਲ ਹੈ, ਤੂੰ ਉੱਚਿਆਂ ਵਿੱਚ ਵੀ ਸਮਾਉਣਾ, ਜਿਹੜੇ ਵੱਡੇ ਸ਼ਾਹੂਕਾਰ ਧਨੀ ਕਹਾਉਂਦੇ ਨੇ ਉਹਨਾਂ ਦੇ ਘਰ ਵਿੱਚ ਵੀ ਖਰਾਬੀ ਕਰ ਦਿੰਦਾ ਹੈ। ਤੇ ਜਿਹੜੇ ਨੀਵੇਂ ਕਹਾਉਂਦੇ ਨੇ ਨਾ, ਭਾਵੇਂ ਘਰ ਰੋਟੀ ਖਾਣ ਨੂੰ ਨਾ ਹੀ ਹੋਵੇ, ਗਰੀਬੀ ਹੋਵੇ, ਪਰ ਵਿਕਾਰ ਜ਼ਰੂਰ ਉੱਥੇ ਵੀ ਗੱਜਦਾ ਹੈ। ਉੱਚਿਆਂ ਤੇ ਨੀਵਿਆਂ ਸਾਰਿਆਂ ਦੇ ਘਰਾਂ ਵਿੱਚ ਤੇਰੇ ਤੂੰ ਸਮਾਉਂਦਾ, ਸਾਰਿਆਂ ਦੇ ਘਰ ਵਿੱਚ ਤੂੰ ਮਿਲਿਆ ਹੋਇਆ ਹੈ। ਛੇਵੇਂ ਕਾਮ ਨਾ ਪੁੱਛਿਆ ਜਾਤ, ਜਾਤ ਕੋ ਜਾਤ ਵੀ ਨਹੀਂ ਸਕਦਾ ਮਨੁੱਖ। ਸੋ ਜਦੋਂ ਵਿਕਾਰ ਹੀ ਹੁੰਦਾ ਹੈ, ਉੱਚਿਆਂ ਨੀਵਿਆਂ ਸਾਰਿਆਂ ਦੇ ਵਿੱਚ ਤੂੰ ਸਮਾਰਿਆ, ਉੱਚਿਆਂ ਨੂੰ ਵੀ ਨੀਚ ਕਰ ਦਿੰਦਾ ਹੈ। ਇਹ ਜਦੋਂ ਗੱਲ ਸੁਣੀ ਤਾਂ ਕਾਮ ਬੜਾ ਲੱਗਾ ਫੁੱਲਣ। ਠੀਕ ਹੈ ਜੀ, ਮੈਂ ਹਾਂ ਹੀ ਇਹੋ ਜਿਹਾ। ਹਜ਼ੂਰ ਕਹਿਣਗੇ ਤੇਰਾ ਯਤਨ ਹੈ ਵੈਸੇ। ਪੁੱਛਿਆ ਹਰੀ ਲਾਲ ਕ੍ਰਿਸ਼ਨ ਲਾਲ ਨੇ, ਮਹਾਰਾਜ ਫਿਰ ਇਹ ਤੋਂ ਛੁਟਕਾਰਾ ਹੈ ਹੀ ਨਹੀਂ, ਇਹ ਸਭ ਨੂੰ ਨਾਸ ਕਰੇਗਾ। ਜਾਂ ਇਹ ਕਾਮ ਕਹਿਣ ਲੱਗਾ ਜੀ ਮੈਂ ਇਹੋ ਜਿਹਾ ਹੀ ਹਾਂ। ਸੋ ਹਜ਼ੂਰ ਕਹਿਣਗੇ ਨਹੀਂ ਭਾਈ, ਤਬ ਭੈ ਬੇਮੁੰਚਿਤ, ਤਬ ਤੇਰਾ ਭੈ ਡਰ, ਬੇਮੁੰਚਿਤ ਵਿਸ਼ੇਸ਼ ਕਰਕੇ ਕੱਟਿਆ ਜਾ ਸਕਦਾ ਹੈ। ਸਾਧ ਸੰਗਮ, ਗੁਰੂ ਕੀ ਸਾਧ ਸੰਗਤ ਵਿੱਚ ਮਿਲ ਕਰਕੇ ਤੇਰਾ ਕੋਈ ਡਰ ਨਹੀਂ ਰਹਿੰਦਾ, ਤੇਰਾ ਡਰ ਕੱਟਿਆ ਜਾ ਸਕਦਾ ਹੈ। ਓਟ ਨਾਨਕ ਨਾਰਾਇਣ ਹੈ। ਸੋ ਕਿਵੇਂ ਜੀ? ਕਹਿੰਦੇ ਵਾਹਿਗੁਰੂ ਦੀ ਓਟ ਲੈ ਕੇ, ਗੁਰੂ ਕੀ ਬਾਣੀ ਦੀ ਓਟ, ਗੁਰੂ ਕੇ ਕੀਰਤਨ ਦੀ ਓਟ, ਸਿਮਰਨ ਦੀ ਓਟ, ਗੁਰਸਿੱਖਾਂ ਦੇ ਜੀਵਨ ਦੀ ਓਟ ਲੈ ਕੇ ਤੇਰਾ ਭੈ ਵੀ ਕੱਟਿਆ ਜਾ ਸਕਦਾ ਹੈ। ਸੰਗਤ ਵਿੱਚ ਆ ਕੇ ਤੂੰ ਕਾਬੂ ਹੁੰਦਾ ਹੈ, ਐਵੇਂ ਨਹੀਂ।